ਮੱਚ ਅਸੀਂ ਸ਼ੁਰੂ ਕਰ ਰਹੇ ਹਨ। ਇੱਥੋਂ ਸਾਡੇ ਕੋਲ BSF ਦੀ ਵੀ ਜਿਹੜੀ ਪਲਟੂਨਸ ਹੈਗੀ ਉਹ ਵੀ ਹੈ ਅਤੇ SSG ਦੀ ਔਰ ਡਿਸਟ੍ਰਿਕਟ ਪੁਲਿਸ ਦੀ ਫੋਰਸ ਜਿਹੜੀ ਉਹ ਵੀ ਮੌਜੂਦ ਹਨ। ਅਸੀਂ ਇੱਥੋਂ ਸਟਾਰਟ ਕਰਕੇ ਬਹਿਰਾਮਪੁਰ ਜਿਹੜਾ ਟਾਊਨ ਹੈ ਉੱਥੋਂ ਫਲੈਗ ਮਾਰਚ ਸ਼ੁਰੂ ਕਰਾਂਗੇ ਅਤੇ ਬਾਰਡਰ ਦੇ ਜਿੰਨੇ ਵੀ ਨਾਕੇ ਹੈ, ਸੈਕਿੰਡ ਲਾਈਨ ਆਫ ਡਿਫੈਂਸ ਦੇ ਨਾਕੇ ਹੈ, ਉਹ ਸਾਰੇ ਕਵਰ ਕਰਾਂਗੇ ਅਤੇ ਜਿਹੜੇ ਮੇਨ ਜੰਕਸ਼ਨਸ ਹੈਗੇ ਜਿੱਥੇ ਆਪਣੀ ਸੜਕ ਬਾਰਡਰ ਦੇ ਪੈਰਲਲ ਚੱਲਦੀ ਹੈ ਉਹ ਪੂਰੀ ਕਵਰ ਕਰਦੇ ਹੋਏ ਅਸੀਂ ਇਹਨੂੰ ਦੁਰੰਗਲਾ ਦੇ ਵਿੱਚ ਕੰਪਲੀਟ ਕਰਾਂਗੇ। ਸਾਡੀ ਗਿਣਤੀ ਆਪਟੀਮਮ ਹੀ ਹੈਗੀ ਆਲਰੇਡੀ, 10 ਸਾਡੇ ਸੈਕਿੰਡ ਲਾਈਨ ਆਫ ਡਿਫੈਂਸ ਨਾਕੇ ਜਿਹੜੇ ਹੈਗੇ ਉਹ ਓਪਰੇਸ਼ਨਲ ਹੈ। ਅਸੀਂ ਉਹਨੂੰ ਸਟਰੈਂਥਨ ਕੀਤਾ ਹੈ ਔਰ BSF ਦੇ ਨਾਲ ਹੁਣ ਜੁਆਇੰਟ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਜੁਆਇੰਟ ਪੈਟਰੋਲਿੰਗ ਦਾ ਪਰਪਸ ਇਹੀ ਹੈ ਕਿ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਂਝੀ ਹੋਣੀ ਚਾਹੀਦੀ ਹੈ ਤਾਂ ਕਿ ਕਿੱਥੇ ਵੀ ਕੋਈ ਇਨਪੁੱਟ ਆਉਂਦੀ ਹੈ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਕਿੱਥੇ ਇਹਦੇ 'ਤੇ ਵਰਕ ਕਰਨਾ ਹੈ। ਸਾਨੂੰ ਵੀ ਪਤਾ ਹੁੰਦਾ, ਅਸੀਂ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਾਂਗੇ ਅਤੇ ਲੋਕਾਂ ਦੇ ਵਿੱਚ ਵੀ ਇੱਕ ਚੰਗਾ ਮੈਸੇਜ ਜਾਏਗਾ ਇਸ ਦੇ ਨਾਲ। ਐਂਡ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਜਿਹੜੇ ਚੁਣਾਵ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੈ ਜਾਂ ਫਿਰ ਅਕਰੋਸ ਦਾ ਬਾਰਡਰ ਆਪਣੇ ਦੁਸ਼ਮਣ ਹੈਗੇ ਤਾਂ ਉਹਨਾਂ ਨੂੰ ਵੀ ਇੱਕ ਇਸ ਚੀਜ਼ ਦਾ ਚੰਗਾ ਮੈਸੇਜ ਰਹੇਗਾ ਕਿ ਫੋਰਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਆਪਣੇ ਬਾਰਡਰ ਸਿਕਿਓਰ ਹੈ। JNK ਦੇ ਨਾਲ ਜਿਹੜਾ ਸਾਡਾ ਪਠਾਨਕੋਟ ਡਿਸਟ੍ਰਿਕਟ ਲੱਗਦਾ ਹੈ, ਗੁਰਦਾਸਪੁਰ ਦੀ ਡਾਇਰੈਕਟਲੀ ਤੋਂ ਬਾਉਂਡਰੀ ਨਹੀਂ ਲੱਗਦੀ, ਬਟ ਸਾਡੀ ਇੱਕ ਇੰਟਰ ਸਟੇਟ ਕੋਆਰਡੀਨੇਸ਼ਨ ਮੀਟਿੰਗ ਹੋਈ ਸੀ ਕੁਛ ਇੱਕ ਹਫ਼ਤਾ ਪਹਿਲਾਂ। ਉਹਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਜਿਹੜੇ ਵੀ ਸਾਡੇ ਕ੍ਰਿਮੀਨਲ ਹੈਗੇ ਜੋ JNK ਜਾ ਕੇ ਛੁਪਦੇ ਹਨ ਜਾਂ ਉਹਨਾਂ ਦੇ ਕ੍ਰਿਮੀਨਲ ਜੋ ਇੱਥੇ ਆਉਂਦੇ ਆ, ਉਹਨਾਂ ਦੇ ਲਈ ਅਸੀਂ ਲਿਸਟਾਂ ਵਗੈਰਾ ਸ਼ੇਅਰ ਕੀਤੀ ਹੈ ਅਤੇ ਅਸੀਂ ਐਫਰਟਸ ਕਰ ਰਹੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਏ ਜਿਹੜੀ ਕੰਸਰਨ ਪੁਲਿਸ ਹੈ। ਇਸ ਤੋਂ ਇਲਾਵਾ ਜਿਹੜੇ ਪਠਾਨਕੋਟ ਦੇ ਨਾਲ ਸਾਡਾ ਬਾਰਡਰ ਲੱਗਦਾ ਹੈ ਉੱਥੇ ਅਸੀਂ ਮਿਰਰ ਨਾਕੇ ਲਾਏ ਹੈ ਕਿ ਇੱਕ ਸੜਕ ਦੇ ਇੱਕ ਪਾਸੇ ਉਹਨਾਂ ਦਾ ਨਾਕਾ ਹੁੰਦਾ ਅਤੇ ਦੂਜੀ ਪਾਸੇ ਸਾਡਾ ਨਾਕਾ ਹੁੰਦਾ ਤਾਂ ਕਿ ਅਸੀਂ ਦੋਨੋਂ ਥਾਂ ਦਾ ਜਿਹੜਾ ਟ੍ਰੈਫਿਕ ਹੈ ਉਹਨੂੰ ਚੈੱਕ ਕਰ ਸਕੀਏ। ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਕਿ ਲੋਕ ਬੜੇ ਨਿਸ਼ਚਿੰਤ ਰਹਿਣ ਅਤੇ ਬਿਲਕੁਲ ਵੀ ਅਫਵਾਹ 'ਤੇ ਧਿਆਨ ਨਾ ਦੇਣ। ਕੋਈ ਵੀ ਚੀਜ਼ ਦਾ ਕਲੈਰੀਫਿਕੇਸ਼ਨ, ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਜਾਂ ਕਿਸੇ ਗਲਤ ਇਨਫੋਰਮੇਸ਼ਨ, ਕਈ ਵਾਰ ਰੂਮਰਸ ਫੈਲਦੇ ਆ, ਰੂਮਰਸ 'ਤੇ ਧਿਆਨ ਨਾ ਦੇਣ ਅਤੇ ਪੁਲਿਸ ਦੇ ਨਾਲ ਸਾਂਝੀ ਕਰੇ ਆਪਣੀ ਇਨਫੋਰਮੇਸ਼ਨ ਅਤੇ ਪੁਲਿਸ ਦੇ ਨਾਲ ਆਪਣਾ